ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਹੁੰਦਾ ਹੈ। ਪੱਥਰ ਹੀ ਬਨਸਪਤੀ ਚੂੰਕਿ ਥੋੜ੍ਹੀ ਜਿਹੀ ਜਾਗੀ ਹੈ ਤਾਂ ਇਹਨੂੰ ਪਿਆਸ ਵੀ ਲੱਗਦੀ ਹੈ, ਪਾਣੀ ਚਾਹੀਦਾ। ਇਹ ਕੁਮਲਾਉਂਦੀ ਵੀ ਹੈ, ਖਿੜਦੀ ਵੀ ਹੈ, ਕਿਉਂਕਿ ਜਾਗ ਗਈ ਹੈ। ਪੱਥਰ ਸੁੱਤਾ ਪਿਆ, ਨਾ ਕੁਮਲਾਉਂਦਾ ਨਾ ਖਿੜਦਾ, ਉਹਨੂੰ ਪਿਆਸ ਨਹੀਂ ਲੱਗਦੀ, ਬਨਸਪਤੀ ਨੂੰ ਲੱਗਦੀ। ਜਾਗੇ ਹੋਏ ਦੀਆਂ ਲੋੜਾਂ ਹੁੰਦੀਆਂ ਨੇ, ਸੁੱਤੇ ਹੋਏ ਦੀਆਂ ਨਹੀਂ। ਬਨਸਪਤੀ ਨੂੰ ਪਾਣੀ ਚਾਹੀਦਾ। ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾ ਹੀ ਨਾਮ। ਖੁਲਾਸਾ ਫਿਰ, ਲੰਬੀ ਯਾਤਰਾ ਤੋਂ ਬਾਅਦ, ਲੱਖਾਂ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਵਿੱਚ ਪ੍ਰਗਟ ਹੋਈ ਉਹਨੂੰ ਪਸ਼ੂ ਪਕਸ਼ੀ ਕਹਿੰਦੇ ਨੇ। ਔਰ ਸਾਇੰਸ ਮਿਊਜ਼ੀਅਮ ਵਿੱਚ ਫਿਲਮ ਵਿੱਚ ਇਹੀ ਤੋਂ ਦਿਖਾਇਆ ਗਿਆ। ਮੈਂ ਤਾਂ ਦੇਖ ਦੇਖ ਕੇ ਦੰਗ ਰਹਿ ਗਿਆ। ਮੈਂ 3 ਵਾਰ ਗਿਆ ਦੇਖਣ ਵਾਸਤੇ, ਨੋਟ ਲੈਣ ਵਾਸਤੇ। ਮੈਂ ਕਿਹਾ ਹੱਦ ਹੋ ਗਈ, ਜੋ ਆਪਾਂ ਕਥਾ ਕਰਦੇ ਰਹੇ ਸਾਰਾ ਦਿਖਾ ਰਹੇ ਨੇ। ਪੱਥਰ ਕੈਸੇ ਸਹਿਜੇ ਸਹਿਜੇ ਖਿਰਦਾ, ਮਿੱਟੀ ਬਣਦਾ। ਮਿੱਟੀ ਕਿਵੇਂ ਬਨਸਪਤੀ ਦਾ ਰੂਪ ਧਾਰਨ ਕਰਦੀ ਹੈ? ਹੁਣ ਪੱਥਰ ਦੇ ਅੰਦਰ ਛੁਪੀ ਹੋਈ ਹੈ ਬਨਸਪਤੀ, ਪੱਥਰ ਦੇ ਅੰਦਰ ਛੁਪੇ ਹੋਏ ਨੇ ਪਸ਼ੂ ਅਤੇ ਪਕਸ਼ੀ। ਗੁਸਤਾਖੀ ਮਾਫ, ਪੱਥਰ ਦੇ ਅੰਦਰ ਹੀ ਛੁਪਿਆ ਹੋਇਆ ਹੈ ਮਨੁੱਖ, ਕਈ ਜਨਮ ਸਹਿਲ ਗਿਰ ਕਰੇ। ਪ੍ਰਕਿਰਤੀ ਸਹਿਜੇ ਸਹਿਜੇ ਪ੍ਰਗਟ ਕਰੇਗੀ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੇ ਰੂਪ ਵਿੱਚ ਪ੍ਰਗਟ ਹੋਇਆ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੁਖਤਸਰ ਬਨਸਪਤੀ ਪਸ਼ੂ ਪਕਸ਼ੀਆਂ ਦੀ ਸ਼ਕਲ ਵਿੱਚ ਪ੍ਰਗਟ ਹੋਈ। ਔਰ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪਕਸ਼ੀ ਮਨੁੱਖ ਦੇ ਰੂਪ ਵਿੱਚ ਪ੍ਰਗਟ ਹੋਏ। ਪਸ਼ੂ ਨੂੰ ਪਿਆਸ ਤਾਂ ਲੱਗਦੀ ਹੈ ਪਰ ਭੁੱਖ ਵੀ ਲੱਗਦੀ ਹੈ, ਬਨਸਪਤੀ ਨੂੰ ਭੁੱਖ ਨਹੀਂ ਲੱਗਦੀ। ਇਸ ਵਾਸਤੇ ਗਊ ਨੂੰ ਨਿਰਾ ਪਾਣੀ ਨਹੀਂ ਚਾਹੀਦਾ, ਘਾਸ ਵੀ ਚਾਹੀਦੀ ਹੈ। ਨਿਰਾ ਪਾਣੀ ਪਿਲਾ ਕੇ ਸ਼ੇਰ ਜ਼ਿੰਦਾ ਨਹੀਂ ਰਹਿ ਸਕਦਾ, ਉਹਨੂੰ ਮਾਸ ਵੀ ਚਾਹੀਦਾ, ਭੁੱਖ ਵੀ ਲੱਗਦੀ ਹੈ। ਭੁੱਖ ਦੀ ਪੂਰਤੀ ਭੋਜਨ ਨਾਲ ਹੋਵੇਗੀ, ਪਿਆਸ ਦੀ ਪੂਰਤੀ ਪਾਣੀ ਨਾਲ ਹੋਵੇਗੀ। ਪਸ਼ੂਆਂ ਕੋਲ ਆਵਾਜ਼ ਵੀ ਆ ਗਈ, ਬਨਸਪਤੀ ਕੋਲ ਨਹੀਂ ਸੀ। ਆਵਾਜ਼ ਤੋਂ ਪਤਾ ਚੱਲ ਜਾਂਦਾ ਸ਼ੇਰ ਹੈ, ਇਹ ਗਊ ਹੈ, ਇਹ ਘੋੜਾ ਹੈ, ਇਹ ਕੁੱਤਾ ਹੈ, ਇਹ ਚਿੜੀ ਹੈ, ਇਹ ਕੋਇਲ ਹੈ, ਆਵਾਜ਼ ਦੱਸ ਦਿੰਦੀ ਹੈ। ਇਹਨਾਂ ਕੋਲ ਆਵਾਜ਼ ਵੀ ਆ ਗਈ। ਆਵਾਜ਼ ਤਾਂ ਹੈ, ਅਲਫਾਜ਼ ਨਹੀਂ ਹੈ, ਅੱਖਰ ਨਹੀਂ ਨੇ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪਕਸ਼ੀ ਜਿਸ ਸ਼ਕਲ ਵਿੱਚ ਪ੍ਰਗਟ ਹੋਏ ਮਨ ਬਣ ਗਿਆ। ਭੁੱਖ ਪਿਆਸ ਤਾਂ ਹੈ, ਆਵਾਜ਼ ਵੀ ਹੈ ਪਰ ਅਲਫਾਜ਼ ਵੀ ਨੇ। ਮਨੁੱਖਤਾ ਦਾ ਸਾਰਾ ਵਿਕਾਸ ਅੱਖਰਾਂ 'ਤੇ ਹੋਇਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਕਹਿੰਦੇ ਨੇ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਅੱਖਾਂ। ਅੱਖਰਾਂ ਦੀ ਮਹਿਮਾ ਵਿੱਚ ਗੁਰੂ ਨਾਨਕ ਨੇ ਪੱਟੀ ਲਿਖੀ ਹੈ, ਆਸਾ ਮੱਲਾ ਪਹਿਲਾ ਅੱਖਰਾਂ ਦੀ ਮਹਿਮਾ, ਆਸਾ ਮੱਲਾ ਤੀਜਾ ਪੱਟੀ ਲਿਖੀ ਕਿ ਅੱਖਰ ਦੀ ਮਹਿਮਾ ਗੁਰੂ ਅਮਰਦਾਸ ਜੀ ਦੱਸਦੇ ਨੇ। 52 ਅੱਖਰੀ ਗੌੜੀ ਮੱਲਾ, 5ਵਾਂ 52 ਅੱਖਰੀ
ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਦੱਸਦੇ ਨੇ। ਗੌੜੀ ਸ੍ਰੀ ਕਬੀਰ ਜੀ 52 ਅੱਖਰੀ ਇੱਕ ਇੱਕ ਅੱਖਰ ਦੀ ਮਹਿਮਾ ਕਬੀਰ ਦੱਸਦੇ ਨੇ। ਮਨੁੱਖ ਕੋਲ ਅੱਖਰ ਖੋ ਲਈਏ, ਮਨੁੱਖਤਾ ਦਾ ਸਾਰਾ ਵਿਕਾਸ ਰੁਕ ਜਾਏਗਾ। ਜਿੱਥੇ ਪਸ਼ੂ ਨੇ ਮਨੁੱਖ ਉੱਥੇ ਚਲਾ ਜਾਏਗਾ।